ਸੇਵਾ ਸਿੱਖ ਦੇ ਸਖਸੀ ਜੀਵਨ ਦੇ ਸਿੱਖ ਦੇ ਸਖਸੀ ਜੀਵਨ ਵਿੱਚ ਬੜਾ ਮਹਤਵਪੂਰਨ ਫੋਰਨ ਸਬਜੈਕਟ ਹੈਗਾ ਕਿਉਂਕਿ ਜਦ ਰਹਿਤ ਮਰਿਆਦਾ ਸਿੱਖ ਪੰਥ ਨੇ ਤਿਆਰ ਕੀਤੀ 1942 ਚ ਜਿਹੜੀ ਲਾਗੂ ਕੀਤੀ ਹੈ ਜਿਹੜੀ ਅਕਾਲ ਤਖਤ ਤੋਂ ਪ੍ਰਮਾਣਿਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀ ਛਾਪ ਕੇ ਵੰਡੀ ਹੈ ਪੰਥ ਤੋਂ ਪ੍ਰਵਾਨ ਕਰਾ ਕੇ ਉਸ ਦੇ ਚ ਸਖਸੀ ਜੀਵਨ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾ ਹੈ ਨਾਮ ਬਾਣੀ ਦਾ ਅਭਿਆਸ ਨਾਮ ਤੇ ਬਾਣੀ ਦਾ ਅਭਿਆਸ ਇਹ ਫਿਰ ਧਿਆਨ ਕਰਨਾ ਨਾਮ ਤੇ ਬਾਣੀ ਦਾ ਅਭਿਆਸ ਜਿੱਥੇ ਨਾਮ ਸਿਮਰਨ ਕਰਨਾ ਹੈ ਉੱਥੇ ਬਾਣੀ ਵੀ ਪੜ੍ਹਨੀ ਹੈ ਔਰ ਨਾਮ ਜਪਣਾ ਤੇ ਬਾਣੀ ਪੜ੍ਹਨੀ ਇਹ ਇੱਕ ਮੁੱਖ ਸੇਵਾ ਦਾ ਵਿਸ਼ਾ ਹੈ ਦੂਜਾ ਚੈਪਟਰ ਹੈ ਸਿੱਖ ਦੇ ਸ਼ਖਸੀਅਤ ਦਾ ਰਹਿਤਮਈ ਜੀਵਨ ਆਪਣੇ ਆਪ ਨੂੰ ਸਤਿਆਰਾ ਹੋ ਕੇ ਨਸ਼ਿਆਂ ਤੋਂ ਬਚਾ ਕੇ ਕਿਸੇ ਦੇ ਵੀ ਹੱਕ ਨੂੰ ਨਾ ਮਾਰ ਕੇ ਹਰ ਇੱਕ ਮਨੁੱਖ ਦੇ ਭਲੇ ਦੇ ਲਈ ਕਾਰਜ ਕਰਕੇ ਰਹਿਤਮਈ ਜੀਵਨ ਨੂੰ ਕਕਾਰਾਂ ਦੇ ਨਾਲ ਜੀਣਾ ਹੈ ਤੀਜਾ ਸ਼ਖਸੀ ਜੀਵਨ ਦਾ ਥੰਮ੍ਹ ਹੈ ਸੇਵਾ ਸੇਵਾ ਉਤਪਨ ਹੁੰਦੀ ਹੈ ਸਿਮਰਨ ਅਤੇ ਗੁਰਬਾਣੀ ਅਭਿਆਸ ਤੋਂ ਬਿਨਾਂ ਸਿਮਰਨ ਬਿਨਾਂ ਗੁਰਬਾਣੀ ਅਭਿਆਸ ਤੋਂ ਸੱਚੀ ਸੇਵਾ ਮਨੁੱਖਤਾ ਦੀ ਸੇਵਾ ਨਹੀਂ ਬਣ ਸਕਦੀ ਤੇ ਕਈ ਵਾਰੀ ਅਸੀਂ ਥੋੜੀ ਸੇਵਾ ਕਰਕੇ ਸੋਚਦੇ ਹਾਂ ਬਹੁਤ ਸਾਰੀ ਸੇਵਾ ਕਰ ਲਈ ਅਸੀਂ ਸਾਡਾ ਕੰਮ ਪੂਰਾ ਹੋ ਗਿਆ ਅਸੀਂ ਲੰਗਰ ਚ ਆ ਕੇ ਭਾਂਡੇ ਮਾਣ ਲੈ ਲੰਗਰ ਬਣਾਤਾ ਜੋੜਿਆਂ ਦੀ ਸੇਵਾ ਇਹ ਸਿੰਬੋਲਿਕ ਸੇਵਾ ਨੇ ਇਹ ਸੰਪੂਰਨ ਸੇਵਾ ਨਹੀਂ ਹੈ ਇਸ ਸੇਵਾ ਤੋਂ ਸਾਡੇ ਅੰਦਰ ਨਿਮਰਤਾ ਆਣੀ ਹੈ ਜੋੜਿਆਂ ਦੀ ਸੇਵਾ ਤੋਂ ਗੁਰੂ ਘਰ ਦੇ ਵਿੱਚ ਜੋੜਿਆਂ ਦੀ ਸੇਵਾ ਕਰਨੀ ਨਿਮਰਤਾ ਲਈ ਭਾਂਡਿਆਂ ਦੀ ਸੇਵਾ ਕਰਨੀ निमर्टालय ਕਿ ਸਾਡੇ ਅੰਦਰੋਂ ਜਾਤ ਪਾਤ ਖਤਮ ਹੋਵੇ ਅਮੀਰੀ ਗਰੀਬੀ ਦਾ ਪਿੰਨਪੇਦ ਖਤਮ ਹੋਵੇ ਸਾਡੇ ਅੰਦਰੋਂ ਜਿਹੜਾ ਹੈ ਈਰਖਾ ਦੁਸ਼ਸ਼ ਨਫ਼ਰਤ ਦਾ ਕਿਰਣਾ ਦਾ ਇਹ ਸਾਰਾ ਕੁਝ ਅੰਦਰੋਂ ਖਾਤਮਾ ਹੋ ਜਾਏ ਇਹ ਬਿਲਕੁਲ ਸਮਾਪਤ ਹੋ ਜਾਣ ਅਸੀਂ 0% ਤੇ ਆ ਜਾਈਏ ਇਹ ਸੇਵਾ માં ਗੁਰਦੁਆਰੇ ਸਿੰਬੋਲਿਕ ਨੇ ਹੁਣ ਇਸ ਤਰੀਕੇ ਨਾਲ ਸੇਵਾ ਜਾ ਕੇ ਮਨੁੱਖਤਾ ਵਿੱਚ ਕਰਨੀ ਹੈ ਗੁਰਦੁਆਰੇ ਤੋਂ ਸਿੱਖਣਾ ਹੈ ਗੁਰਦੁਆਰਾ ਸਿੱਖਣ ਦਾ ਸਕੂਲ ਹੈ ਸਾਡੇ ਲਈ ਜਿਸ ਤਰ੍ਹਾਂ ਦੁਨਿਆਵੀ ਸਕੂਲਾਂ ਵਿੱਚ ਜਾ ਕੇ ਇੰਜੀਨੀਅਰ ਡਾਕਟਰ ਲੋਕ ਬਣਦੇ ਨੇ ਦੁਨਿਆਵੀ ਸਕੂਲੀ ਜਾ ਕੇ ਅਧਿਆਪਕ ਤਿਆਰ ਹੁੰਦੇ ਨੇ ਦੁਨਿਆਵੀ ਸਕੂਲੀ ਜਾ ਕੇ ਪ੍ਰਿੰਸੀਪਲ ਤਿਆਰ ਹੁੰਦੇ ਨੇ ਇਸੇ ਤਰ੍ਹਾਂ ਗੁਰਦੁਆਰੇ ਵਿੱਚ ਆ ਕੇ ਸਿੱਖ ਅਧਿਆਤਮ ਜੀਵਨਤਾ ਚੈਪਟਰ ਸਿੱਖਦਾ ਹੈ ਔਰ ਜਿਸ ਦਿਨ ਸਿੱਖ ਚੈਪਟਰ ਵਾਈਜ਼ ਸਬਜੈਕਟ ਵਾਈਜ਼ ਸਿੱਖਣਾ ਸ਼ੁਰੂ ਕਰਦਾ ਹੈ ਤੇ ਉਹ ਸਹੀ ਦਿਸ਼ਾ ਵੱਲ ਤੁਰਦਾ ਹੈ ਤੇ ਇਹ ਸੇਵਾ ਤੂੰ ਸੰਭਵ ਹੈ ਸੇਵਾ ਲਈ ਸਿਮਰਨ ਕਰਨਾ ਤੇ ਬਾਣੀ ਜਪ ਕੇ ਉਸ ਦੇ ਅਰਥਾਂ ਨੂੰ ਸਮਝਣਾ ਸਭ ਤੋਂ ਪਹਿਲਾ ਸੇਵਾ ਦਾ ਕੰਮ ਹੈ ਜਿਨ੍ਹਾਂ ਬਾਣੀ ਦਾ ਅਭਿਆਸ ਕਰਾਂਗੇ ਜਿਨ੍ਹਾਂ ਅਸੀਂ ਉਸ ਪਰਮਾਤਮਾ ਦੇ ਨਾਮ ਦੇ ਸਿਮਰਨ ਨਾਲ ਜੁੜਾਂਗੇ ਸਾਡੀ ਸੇਵਾ ਦੇ ਵਿੱਚ ਪਵਿੱਤਰਤਾ ਆਏਗੀ। ਔਰ ਇਸੇ ਕਰਕੇ ਸਿੱਖ ਦੇ ਲਈ ਬਾਣੀ ਪੜਨਾ ਸੇਵਾ ਦਾ ਸਭ ਤੋਂ ਮੁੱਖ ਵਿਸ਼ਾ ਹੈ। ਇਸ ਨੂੰ ਹਰ ਸਿੱਖ ਨੇ ਨਹੀਂ ਬੋਲਣਾ। ਜੇ ਅਸੀਂ ਇਹ ਕਹੀਏ ਕਿ ਜੋੜਿਆਂ ਦੀ ਸੇਵਾ ਕਰਕੇ ਜਾਂ ਲੰਗਰ ਬਣਾ ਕੇ ਜਾਂ ਭਾਂਡਿਆਂ ਦੀ ਸੇਵਾ ਕਰਕੇ ਜਾਂ ਝਾੜੂ ਮਾਰ ਕੇ ਜਾਂ ਕੱਪੜੇ ਤੋਕੇ ਅਸੀਂ ਸੇਵਾ ਸਾਡੀ ਪੂਰੀ ਹੋ ਗਈ। ਉਹ ਤੇ ਇੱਕ ਸ਼ੁਰੂਆਤੀ ਚੈਪਟਰ ਹੈ ਉਹ ਸਿੰਬੋਲਿਕ ਹੈ ਸਿੰਬੋਲਿਕ ਮਤਲਬ ਉਹ ਇੱਕ ਸਾਡੇ ਲਈ ਸ਼ੁਰੂਆਤ ਦਾ ਕੰਮ ਹੈ ਹੁਣ ਅਸਲ ਸੇਵਾ ਤੇ ਗੁਰਬਾਣੀ ਨੂੰ ਪੜਨਾ ਹੈ ਉਸ ਬਾਣੀ ਦੇ ਅਨੁਸਾਰ ਮਨੁੱਖਤਾ ਵਿੱਚ ਜੀਣਾ ਹੈ ਸਮਾਜ ਵਿੱਚ ਜਾ ਕੇ ਯੂਨੀਵਰਸਲ ਸਾਰੇ ਯੂਨੀਵਰਸ ਨੂੰ ਇੱਕ ਸਮਝਣਾ ਤੇ ਸਾਰੇ ਮਨੁੱਖਾਂ ਨੂੰ ਇੱਕ ਸਮਝਣਾ ਇਹ ਸੇਵਾ ਦਾ ਦੂਸਰਾ ਚੈਪਟਰ ਹੈ ਹੁਣ ਸਾਰਿਆਂ ਨੂੰ ਜਦ ਔਰਤ ਤੇ ਮਰਦ ਨੂੰ ਅਸੀਂ ਇੱਕ ਨਹੀਂ ਸਮਝਦੇ ਪਹਿਲੇ ਤੇ ਝਗੜਾ ਸਾਡਾ ਔਰਤ ਤੇ ਮਰਦ ਤੋਂ ਹੁੰਦਾ ਹੈ ਊਮਨ ਤੇ ਮੈਨ ਦਾ ਝਗੜਾ ਹੁੰਦਾ ਹੈ ਕਿ ਊਮਨ ਵੱਡਾ ਕੀ ਮੈਨ ਵੱਡਾ ਮਤਲਬ ਔਰਤ ਵੱਡੀ ਕੀ ਮਰਦ ਵੱਡਾ ਇੱਥੇ ਦੋਨੋਂ ਬਰਾਬਰ ਹਨ ਠੀਕ ਹੈ ਕਿਸੇ ਕੋਲ ਤਾਕਤ ਘੱਟ ਹੈ ਕਿਸੇ ਕੋਲ ਤਾਕਤ ਜ਼ਿਆਦਾ ਹੈ ਕਿਸੇ ਕੋਲ ਦਿਮਾਗ ਦੀ ਤਾਕਤ ਹੈ ਕਿਸੇ ਕੋਲ ਸ਼ਰੀਰ ਦੀ ਤਾਕਤ ਹੈ ਲੇਕਿਨ ਸਾਰਿਆਂ ਦੇ ਵਾਸਤੇ ਆਕਸੀਜਨ ਬਰਾਬਰ ਹੈ ਹਵਾ ਬਰਾਬਰ ਹੈ ਔਰਤ ਔਰ ਮਰਦ ਵਾਸਤੇ ਪਾਣੀ ਬਰਾਬਰ ਹੈ ਇਸੇ ਤਰ੍ਹਾਂ ਸਾਡੇ ਲਈ ਧਰਤੀ ਤੂੰ ਪੈਦਾ ਕੀਤੀ ਹੋਏ ਅਨਾਜ ਉਸੇ ਤਰ੍ਹਾਂ ਬਰਾਬਰ ਅਸੀਂ ਖਾਂਦੇ ਹਾਂ ਫਲ ਅਸੀਂ ਬਰਾਬਰ ਖਾਂਦੇ ਹਾਂ ਅਸੀਂ ਸੰਸਾਰ ਵਿੱਚ ਰੱਬ ਦੀਆਂ ਦਿੱਤੀਆਂ ਹੋਈਆਂ ਸੂਰਜ ਦੀਆਂ ਕਿਰਨਾਂ ਦਾ ਆਨੰਦ ਅਸੀਂ ਬਰਾਬਰ ਲੈਂਦੇ ਹਾਂ ਤੇ ਫਿਰ ਵੱਖਰਾ ਸਾਡਾ ਸਿਸਟਮ ਕੀ ਹੈ ਸੇਵਾ ਜੀਣ ਵਾਸਤੇ ਸਾਨੂੰ ਇਕੁਅਲ ਜੀਣਾ ਸਿੱਖਣਾ ਪਏਗਾ ਇਹ ਸੇਵਾ ਦਾ ਦੂਸਰਾ ਮੁੱਖ ਚੈਪਟਰ ਹੈ ਪਹਿਲਾ ਚੈਪਟਰ ਹੈ ਗੁਰਬਾਣੀ ਗੁਰਬਾਣੀ ਨੂੰ ਸਮਝ ਕੇ ਜੀਣਾ ਇਹ ਸੇਵਾ ਦਾ ਪਹਿਲਾ ਚੈਪਟਰ ਹੈ ਦੂਜਾ ਚੈਪਟਰ ਹੈ ਮਨੁੱਖਤਾ ਵਿੱਚ ਇਕੁਅਲ ਹੋ ਕੇ ਜੀਣਾ ਆਪਣੇ ਨਾਮ ਦੇ ਨਾਲ ਜਾਤ ਪਾਤ ਹਟਾ ਦੇਣੀ ਆਪਣੇ ਆਪਣੇ ਆਪ ਨੂੰ ਮਰਦ ਦੇ ਤੌਰ ਤੇ ਤਾਕਤਵਰ ਸਮਝਣਾ ਜਾਂ ਔਰਤ ਦੇ ਤੌਰ ਤੇ ਆਪਣੇ ਆਪ ਨੂੰ ਤਾਕਤਵਰ ਸਮਝਣਾ ਇਸ ਹੀਨ ਭਾਵਨਾ ਨੂੰ ਇਸ ਭਾਵਨਾ ਨੂੰ ਅੰਦਰੋਂ ਮੁਕਾਣਾ ਇਹ ਸੇਵਾ ਕਿਉਂਕਿ ਸੇਵਾ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਸਾਡੇ ਅੰਦਰ ਮਨ ਦੀ ਤਬਦੀਲੀ ਪੈਦਾ ਕਰਦੀਆਂ ਨੇ ਮਨ ਨੂੰ ਬਦਲਣ ਲਈ ਸੇਵਾ ਦਾ ਜਿਸ ਤਰ੍ਹਾਂ ਜੋੜਿਆਂ ਦੀ ਸੇਵਾ ਹੈ ਜਿਸ ਤਰ੍ਹਾਂ ਬਰਤਨਾਂ ਦੀ ਸੇਵਾ ਹੈ ਝੂਠੇ ਬਰਤਨਾਂ ਦੀ ਸੇਵਾ ਹੈ ਝਾੜੂ ਮਾਰਨ ਦੀ ਸੇਵਾ ਹੈ ਇਹ ਸੇਵਾਵਾਂ ਛੋਟੇ ਲੋਕਾਂ ਦੀਆਂ ਸਮਝੀਆਂ ਜਾਂਦੀਆਂ ਹਨ ਜਾਤ ਵਿੱਚ ਨੀਵੇਂ ਜਾਤ ਦੇ ਲੋਕਾਂ ਦੀ ਸਮਝੀਆਂ ਜਾਂਦੀਆਂ ਹਨ ਉੱਚੀਆਂ ਜਾਤਾਂ ਵਾਲੇ ਨਹੀਂ ਕਰਦੇ ਸਨ ਤੇ ਗੁਰੂ ਮਹਾਰਾਜ ਨੇ ਇਹਨਾਂ ਸੇਵਾਵਾਂ ਨੂੰ ਸਾਰਿਆਂ ਨੂੰ ਕਰਕੇ ਆਪਣੇ ਅੰਦਰੋਂ ਹੀਣਪਾਉਣਾ ਕੱਢਣ ਵਾਸਤੇ ਇਹਨਾਂ ਚੀਜ਼ਾਂ ਦੀ ਸਤਿਗੁਰ ਨੇ ਜਿਹੜੀ ਹੈ ਸੇਵਾ ਨੂੰ ਵਧਾਵਾ ਦਿੱਤਾ ਉਹਨੂੰ ਕਰਨ ਦਾ ਸਾਡੇ ਅੰਦਰ ਪ੍ਰੇਰਣਾ ਪੈਦਾ ਕੀਤੀ ਜਦ ਗੁਰਬਾਣੀ ਨੂੰ ਪੜ ਕੇ ਉਹਦਾ ਦੇ ਅਰਥਾਂ ਨੂੰ ਸਮਝ ਕੇ ਮਨੁੱਖਤਾ ਵਿੱਚ ਸੇਵਾ ਕਰਨ ਜਾਂਦੇ ਹਾਂ ਤੇ ਫਿਰ ਸਾਡੇ ਅੰਦਰ ਕਿਸੇ ਦੇ ਪ੍ਰਤੀ ਉੱਚ ਨੀਚ ਜਾਂ ਬਰਾਦਰੀ ਜਾਂ ਕਿਸੇ ਧਰਮ ਦਾ ਅਸਰ ਖਤਮ ਹੋ ਜਾਂਦਾ ਹੈ ਤਦ ਸਿਰਫ ਇੱਕੋ ਇੱਕ ਚੈਪਟਰ ਰਹਿੰਦਾ ਹੈ ਮਨੁੱਖਤਾ ਹਿਊਮਨ ਜਿਸ ਹਿਊਮਨ ਰਾਈਟ ਵਾਸੇ ਸੰਸਾਰ ਲੜ ਰਿਹਾ ਹੈ ਉਸ ਹਿਊਮਨ ਕਾਜ ਲਈ ਗੁਰੂ ਨਾਨਕ ਨੇ ਸ਼ੁਰੂਆਤ ਤੋਂ ਸਿਖਾ ਨੂੰ ਉਹਨਾਂ ਦੀ ਝੋਲੀ 'ਚ ਉਹਨਾਂ ਦੇ ਵਿਚਾਰ ਵਿੱਚ ਪੱਕਿਆ ਕੀਤਾ ਹੈ ਜਿਸ ਕਰਕੇ ਅੱਜ ਅਸੀਂ ਦੇਖ ਰਹੇ ਹਾਂ ਸਮਾਜ ਵਿੱਚ ਅਨੇਕਾਂ ਵਿਵਤਾਵਾਂ ਆ ਜਾਂਦੀਆਂ ਨੇ ਜਿਸ ਤਰ੍ਹਾਂ ਕੈਲੀਫੋਰਨੀਆ ਵਿੱਚ ਜੰਗਲਾਂ 'ਚ ਅੱਗ ਲੱਗੀ ਤੇ ਸਿੱਖ ਸਭ ਤੋਂ ਪਹਿਲਾਂ ਅੱਗੇ ਆਏ ਹਾਲਾਂਕਿ ਇੱਥੇ ਦਾ ਧਰਮ 크੍ਰਿਸਚੀਅਨ ਧਰਮ ਹੈ ਉਹਨਾਂ ਨੂੰ ਇਹ ਸੇਵਾ ਕਰਨੀ ਚਾਹੀਦੀ ਲੇਕਿਨ ਗੁਰੂ ਨਾਨਕ ਦਾ ਮਤ ਸੰਸਾਰ ਵਿੱਚ ਕਿਸੇ ਵੀ ਦੇਸ਼ ਵਿੱਚ ਰਹਿੰਦਾ ਹੈ ਉਹਨੂੰ ਆਪਣਾ ਦੇਸ਼ ਸਮਝਦਾ ਹੈ ਕਿਉਂਕਿ ਇਹ ਧਰਤੀ ਧਰਮ ਸਾਲ ਹੈ ਜਿੱਥੇ ਆਪਜੀ ਨੂੰ ਇਹ ਚੈਪਟਰ ਵਿੱਚ ਮੈਂ ਸਮਝਾਇਆ ਕਿ ਧਰਮ ਕੀ ਹੈ ਪਰਮਾਤਮਾ ਦਾ ਹੁਕਮ ਹੈ ਉਸ ਹੁਕਮ ਨੂੰ ਇਸ ਧਰਤੀ ਤੇ ਕਮਾਣਾ ਹੈ ਇਸ ਕਰਕੇ ਸਤਿਗੁਰੂ ਨੇ ਜਪ ਬਾਣੀ ਕਿਹਾ ਹੈ ਰਾਤੀ ਰੁਤੀ ਥੇਤੀ ਵਾਰ ਪਾਉਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰੱਖੀ ਧਰਮਸਾਲ ਇਹ ਧਰਮਸਾਲ ਸਾਨੂੰ ਪਰਮਾਤਮਾ ਦੇ ਇਹ ਧਰਤੀ ਸਾਨੂੰ ਪਰਮਾਤਮਾ ਦਾ ਹੁਕਮ ਕਮਾਣ ਵਾਸਤੇ ਤੇ ਹੁਕਮ ਤੇ ਤੁਰਨਾ ਇੱਕ ਬਹੁਤ ਵੱਡੀ ਸੇਵਾ ਹੈ ਗੁਰਬਾਣੀ ਦੀ ਸੇਵਾ ਗੁਰਬਾਣੀ ਦੇ ਅਰਥਾਂ ਨੂੰ ਪੜ੍ਹ ਕੇ ਜੀਵਨ ਜੀਣ ਦੀ ਸੇਵਾ ਮਨੁੱਖਤਾ ਨੂੰ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬੇ ਦੀ ਸੇਵਾ ਕਿਉਂਕਿ ਸਭ ਕੋ ਮੀਤ ਹਮ ਆਪਨ ਕੀ ਕੀਨਾ ਹਮ ਸਭਨਾ ਕੇ ਸਾਜਨ ਇਸ ਸਿਧਾਂਤ ਨੂੰ ਜੀਣ ਦੀ ਸੇਵਾ ਤੇ ਫਿਰ ਪਰਮਾਤਮਾ ਦੇ ਹੁਕਮ ਨੂੰ ਕਮਾਉਣ ਦੀ ਸੇਵਾ ਸੇਵਾ ਸਿੱਖ ਧਰਮ ਦੇ ਵਿੱਚ ਸਿੱਖ ਵਿਚਾਰਧਾਰਾ ਦੇ ਵਿੱਚ ਸਿੱਖ ਮਤ ਦੇ ਵਿੱਚ ਸੇਵਾ ਦਾ ਜਿਹੜਾ ਮਹੱਤਵ ਹੈ ਜਿਸ ਦਿਨ ਸਾਨੂੰ ਸਮਝ ਆ ਗਿਆ ਔਰ ਉਹ ਸਮਝ ਵੀ ਆਣਾ ਤਦ ਹੈ ਜਦ ਸਾਨੂੰ ਗੁਰਬਾਣੀ ਸਮਝ ਵਿੱਚ ਆਏਗੀ ਗੁਰੂ ਪਾਤਸ਼ਾਹ ਦੇ ਅਨੁਸਾਰ ਜੀਵਨ ਦਾ ਟੰਗ ਸਾਨੂੰ ਸਮਝ ਵਿੱਚ ਆਏਗਾ ਜਦ ਤੱਕ ਗੁਰਬਾਣੀ ਦੇ ਅਨੁਸਾਰ ਬਾਰ-ਬਾਰ ਬਾਣੀ ਪੜ੍ਹ ਕੇ ਸਿਮਰਨ ਕਰਕੇ ਅਸੀਂ ਇਹਨੂੰ ਨਹੀਂ ਸਿੱਖਾਂਗੇ ਤਦ ਤੱਕ ਅਸਲ ਸੇਵਾ ਦਾ ਮਕਸਦ ਨਹੀਂ ਸਮਝ ਵਿੱਚ ਆਏਗਾ ਤੇ ਮੈਂ ਇਹ ਸਮਝਣਾ ਹਾਂ ਕਿ ਸਿੱਖ ਪੰਥ ਵਿੱਚ ਅਜੇ ਵੀ ਜੋ ਸੇਵਾ ਦਾ ਥੋੜੀ ਕਿਣਕਾ ਹੈ ਥੋੜਾ ਜਿਹਾ ਹੈ ਤੇ ਉਹ ਗੁਰੂ ਨਾਨਕ ਪਾਤਸ਼ਾਹ ਦੀ ਦਿੱਤੀ ਹੋਈ ਵਿਚਾਰ ਤਾਰਾ ਦਾ ਅਸਰ ਹੈ ਗੁਰਬਾਣੀ ਦਾ ਅਸਰ ਹੈ ਲੇਕਿਨ ਇਸ ਨੂੰ ਸਮਝਣਾ ਸਿੱਖ ਪੰਥ ਲਈ ਹੋਰ ਜ਼ਰੂਰੀ ਹੈ ਔਰ ਹਰ ਬੱਚੇ ਨੂੰ ਹਰ ਬਜ਼ੁਰਗ ਨੂੰ ਹਰ ਮਾਤਾ ਨੂੰ ਹਰ ਭੈਣ ਨੂੰ ਸਮਝਣਾ ਸਿਰਫ ਇਹ ਸਮਝ ਲੈਣਾ ਕਿ ਅਸੀਂ ਲੰਗਰ ਵਿੱਚ ਆ ਕੇ ਪ੍ਰਸ਼ਾਦਾ ਬਣਾਤਾ ਲੰਗਰ ਬਣਾਤਾ ਚਲੇ ਗਏ ਤੇ ਜੇ ਗੁਰਬਾਣੀ ਨਾ ਸੁਣੀ ਗੁਰਬਾਣੀ ਨਾ ਵਿਚਾਰੇ ਗੁਰਬਾਣੀ ਨੂੰ ਸਮਝਣ ਵਾਸਤੇ ਸਮਾਂ ਨਹੀਂ ਲਾਇਆ ਤੇ ਫਿਰ ਸੇਵਾ ਦਾ ਸਹੀ ਮੂਲ ਮਕਸਦ ਨਹੀਂ ਰਹਿ ਜਾਏਗਾ ਸੇਵਾ ਦਾ ਮਕਸਦ ਹੀ ਗੁਰੂ ਪਾਤਸ਼ਾਹ ਨੇ ਇਸ ਕਰਕੇ ਰੱਖਿਆ ਸੀ ਕਿਉਂਕਿ ਸਿੱਖ ਗੁਰਬਾਣੀ ਨਾਲ ਜੁੜਿਆ ਰਹੇ ਔਰ ਗੁਰਬਾਣੀ ਪੜਦਾ ਰਹੇ ਤੇ ਮਨੁੱਖਤਾ ਦੀ ਸੇਵਾ ਕਰਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ